ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ। ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਬਲੌਗ ਦੀ। ਟਾਈਮ 8:15 ਦਾ ਹੋ ਚੁੱਕਿਆ ਤੇ ਅੱਜ ਕਾਫੀ ਜਲਦੀ ਰੈਡੀ ਹੋ ਗਈ ਮੈਂ, ਕਿਉਂਕਿ ਅੱਜ ਆਪਾਂ ਜਾਣਾ ਹੈ ਨਰਾਇਣਗੜ੍ਹ ਵੱਲ ਨੂੰ ਤੇ ਉੱਧਰ ਆਪਾਂ ਅਖੰਡ ਪਾਠ ਸਾਹਿਬ ਕਰਵਾਇਆ ਤੇ ਆਪਾਂ ਸੇਵਾ ਲਈ ਆ ਉਸ ਅਖੰਡ ਪਾਠ ਸਾਹਿਬ ਦੀ। ਤੇ ਜਿਹੜਾ ਇੱਕ ਅੱਜ ਭੋਗ ਪੈਣੇ ਨੇ ਉਹ ਮੰਮੀ ਉਹਨਾਂ ਨੇ ਸੇਵਾ ਲਈ ਸੀ, ਉਹਦਾ ਡੈਡੀ ਉਹਨਾਂ ਨੇ ਕਰਵਾਇਆ ਤੇ ਅੱਜ ਉਹਦੇ ਭੋਗ ਪੈ ਕੇ ਆਪਣੇ ਵਾਲੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋ ਜਾਏਗਾ ਤੇ ਤਾਂ ਕਰਕੇ ਫਿਰ ਆਪਾਂ ਚੱਲੇ ਆ। ਔਰ ਮੈਂ ਤੇ ਜਸਵਿੰਦਰ ਜੀ ਜਾਵਾਂਗੇ ਐਕਟਿਵਾ ਤੇ ਪਰਸੋਂ ਨੂੰ ਭੋਗ ਤੇ ਫਿਰ ਇੰਦਰਜੀਤ ਵੀ ਜਾਣਗੇ ਕਿਉਂਕਿ ਅੱਜ ਇੰਦਰਜੀਤ ਫ੍ਰੀ ਨਹੀਂ ਹੈਗੇ। ਸੋ ਚਲੋ ਫਿਰ ਚੱਲੀਏ। ਚੱਲੇ ਆਪਾਂ ਬਹਿ ਜਾ। ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ। ਕਾਮ ਅਲੂਦ ਨਾਮੋ ਯਗਨ ਸਰੂ ਸੁਆਨੰ ਸੱਚਾ ਮਾਰਗ ਚੱਲਦਿਆਂ ਸੁਖ ਕਰੇ ਜਹਾਨ ਅਕਸਰ ਤੀਰਥ ਸਗਲ ਪੁੰਨੋ ਜੀ ਲਿਆ ਪ੍ਰਵਾਨ ਜਿਸਨੂੰ ਦੇਵਾ ਦਇਆ ਕਰ ਸੋਈ ਕੁਛ ਸੁਝਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਮ ਕਿਰਨ ਕੁਰਬਾਨ। ਧੂਣੀ ਆਪਣੇ ਹਿਰਦੇ ਵਿੱਚ ਵਸਾ ਲੈਣੀ, ਸੰਤਾਂ ਸਾਧੂਆਂ ਸੰਤਾਂ ਦੇ ਬਚਨ ਮੰਨ ਲੈਣੇ, ਫਿਰ ਜੀਵਨ ਨਿਹਾਲ ਹੋ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਪ੍ਰਵਾਨ ਬਣੀ ਸਹੀ ਆਏ ਸਫਲ ਤਿਨਾਂ ਕੇ ਕੰਮ ਆ। ਕੌਣ ਲੋਕ ਪ੍ਰਵਾਨ ਹੁੰਦੇ ਨੇ? ਕਿਹੜੇ ਲੋਕ ਸਾਰ ਸੰਤ ਗੁਰਦਾਸ ਕਰਕੇ ਪ੍ਰਵਾਨ ਹੋ ਜਾਂਦੇ ਨੇ? ਮਹਾਰਾਜ ਕਹਿੰਦੇ ਜਿਹਨਾਂ ਨੇ ਅੱਠੇ ਪੈਰ ਗੁਰੂ ਗੁਰੂ ਜਪਿਆ ਹੋਵੇ। ਧੰਨ ਧੰਨ ਬਾਬਾ ਰਤਨ ਸਿੰਘ ਜੀ ਦੀ ਬਰਸੀ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਜੋ ਲੜੀ ਚਲਾਈ ਹੈ, ਅੱਜ ਦੂਸਰੇ ਸ੍ਰੀ ਅਖੰਡ ਪਾਠ ਦੀ ਸਮਾਪਤੀ ਹੋ ਚੁੱਕੀ ਹੈ ਤੇ ਗੁਰੂ ਪਿਆਰੀ ਸਾਹਿਬ ਸੰਤ ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੀ ਸੇਵਾ ਗੁਰੂ ਘਰ ਦੇ ਪੀਰਬਾਨ ਭਾਈ ਲਖਵੀਰ ਸਿੰਘ ਪਿੰਡ ਸੰਘੋਵਾਲ ਸਿੰਘ ਪਰਿਵਾਰ ਨੇ ਸੇਵਾ ਲਈ ਹੈ ਤੇ ਪਰਿਵਾਰ ਵੱਲੋਂ ਆਪ ਜੀ ਨੂੰ ਬੇਨਤੀ ਵੀ ਹੈ ਕਿ ਪਰਸੋਂ ਨੂੰ ਵੀ ਇਸ ਤਰ੍ਹਾਂ ਹੀ ਭੋਗਾਂ ਤੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤੇ ਸਾਰ ਸੰਗਤ ਆਈਆਂ ਸੰਗਤਾਂ ਦਾ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਦਾਸ ਵੱਲੋਂ ਅਤੀ ਅਤੀ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ ਸਿਰ ਸਮਾਂ ਕੱਢਦੇ ਹੋਏ ਸਤਿਗੁਰੂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਲਓ ਵੀ ਆਪਾਂ ਪਹੁੰਚ ਗਏ ਬੁਟੀਕ ਤੇ,
ਆ ਮੇਰੇ ਕੱਪੜਿਆਂ ਦਾ ਹਾਲ ਦੇਖ ਲੋ, ਕੁੜੀ ਨੇ ਕੀ ਕੀਤਾ ਹੋਇਆ। ਫਿਰ ਬਾਅਦ ਚ ਮੈਨੂੰ ਕਹਿੰਦੀ ਆ ਅੱਧਾ ਮੀਟਰ ਕੱਪੜਾ ਘੱਟ ਆ, ਆ ਨੀ ਪਤਾ ਹੈਗਾ, ਦੇਖੀ ਕੱਪੜੇ ਆਪੇ ਕਟਾਈ ਬੈਠੀ ਲੈ, ਆ ਦੇਖੋ ਜੋ ਘੜੇ ਚੋ ਕੱਢਿਆ ਹੁੰਦਾ ਲੈ ਦੱਸ, ਇਹ ਕਮੀਜ਼ ਆ, ਕੋਈ ਕਹਿ ਦੂ ਇਹਨੂੰ, ਉਹ ਵੀ ਟੋਕਾ ਲੱਗਿਆ ਹੋਇਆ, ਇਹ ਤਾਂ ਮਹਿਕਦਾ ਜਿਹੜੇ ਸਾਡੇ ਹੈਗੇ ਉਹਨਾਂ ਦਾ ਹਾਲ ਦੇਖ ਲਾ ਕੀ ਆ। ਓ ਮਾਈ ਗੋਡ, ਹੁਣ ਇਹਨੇ ਸਟਿਚ ਕਰਨੇ ਨੇ, ਦੇ ਦਿਆਂ ਕਿਹੜੇ ਕਰਾਉਣੇ ਨੇ ਕਿਹੜੇ ਨਹੀਂ। ਲਓ ਜੀ ਆਪਾਂ ਆ ਗਏ ਸੀ ਘਰ, ਤੇ ਹੁਣ ਮੈਂ ਆ ਗਈ ਉੱਪਰ, ਟਾਈਮ 6:30 ਦਾ ਹੋ ਗਿਆ। ਵੈਸੇ ਤਾਂ ਮੈਂ ਆ ਗਈ ਸੀ 5:15 ਨੂੰ ਪਹੁੰਚ ਗਈ ਸੀ, ਤੇ ਉਸ ਤੋਂ ਬਾਅਦ ਫਿਰ 6 ਵਜੇ ਤੱਕ ਆਪਾਂ ਕੀਤੀ ਆਪਣੀ ਟਿਊਸ਼ਨ ਫਿਨਿਸ਼, ਕਿਉਂਕਿ ਬੱਚੇ ਆਏ ਬੈਠੇ ਸੀਗੇ, ਔਰ ਟਿਊਸ਼ਨ ਤੋਂ ਬਾਅਦ ਹੁਣ ਟਾਈਮ 6:30 ਹੋ ਗਏ ਤੇ ਮੈਂ ਆ ਗਈ ਉੱਪਰ। ਤੇ ਇੰਦਰ ਨੇ ਜਾਣਾ ਬਰਨਾਲਾ ਸਾਈਡ ਗੱਡੀ ਲੈ ਕੇ, ਡਰਾਈਵਰ ਦੇ ਨਾਲ ਜਾ ਰਹੇ ਨੇ ਉਹ, ਤੇ ਉਹ ਕਹਿੰਦੇ ਕਿ ਮੇਰੀ ਰੋਟੀ ਪੈਕ ਕਰ ਦੇ, ਸੋ ਹੁਣ ਉਹਨਾਂ ਦੀ ਰੋਟੀ ਆਪਾਂ ਪੈਕ ਕਰ ਦਈਏ ਤੇ ਦੋਨਾਂ ਜਾਣਿਆਂ ਦੀ। ਬਾਕੀ ਉਹ ਕਹਿੰਦੇ ਅਗਰ ਸਾਨੂੰ ਦੁਬਾਰਾ ਫਿਰ ਭੁੱਖ ਲੱਗੀ ਅਸੀਂ ਢਾਬੇ ਤੋਂ ਕੁਛ ਖਾ ਲਵਾਂਗੇ, ਰੋਟੀ ਵਗੈਰਾ ਦੁਬਾਰਾ ਖਾ ਲਵਾਂਗੇ, ਕਿ ਹੁਣ ਤੂੰ ਦੋ ਦੋ ਪੈਕ ਕਰ ਦੇ, ਕਿਉਂਕਿ 10:00 ਤੱਕ ਉਹਨਾਂ ਨੇ ਬਰਨਾਲੇ ਆ ਜਿਹੜਾ ਸੋਫਾ ਉਹ ਪਹੁੰਚਦਾ ਕਰਨਾ, ਤੇ ਰਾਤ ਦੇ ਵੀ 2-3 ਵੱਜ ਜਾਣੇ ਉਹਨਾਂ ਨੂੰ ਬਹੁਤ ਸਮੇਂ ਹੋਏ। ਸੋ ਚਲੋ ਪੈਕ ਕਰਕੇ ਪਹਿਲਾਂ ਉਹਨਾਂ ਨੂੰ ਭੇਜ ਦਈਏ, ਫਿਰ ਉਸ ਤੋਂ ਬਾਅਦ ਬਾਕੀ ਕੰਮ ਕਰਦੇ ਹਾਂ। ਟਾਈਮ ਹੋ ਗਿਆ ਤਕਰੀਬਨ 8:30 ਦਾ, ਅਤੇ ਵਾਸ਼ਿੰਗ ਮਸ਼ੀਨ ਆਪਣੀ ਲਗਾਈ ਹੋਈ ਸੀਗੀ, ਡਿਨਰ ਵਗੈਰਾ ਅਸੀਂ ਨੇ ਕਰ ਲਿਆ, ਅਤੇ ਇੰਦਰਜੀਤ ਗਏ, ਔਰ ਮੈਂ ਸੋਚਿਆ ਕਿ ਹੁਣ ਤਾਂ ਥੋੜ੍ਹਾ ਮੌਸਮ ਹੈ ਜਿਹੜਾ ਠੀਕ ਹੋਣ ਲੱਗ ਗਿਆ, ਅਤੇ ਇਸ ਲਈ ਆਪਾਂ ਡਿਨਰ ਕਰਨ ਤੋਂ ਬਾਅਦ ਛੱਤ ਦੇ ਉੱਪਰ ਆਇਆ ਕਰਾਂਗੇ ਜ਼ਰੂਰ, ਅਤੇ ਛੱਤ ਦੇ ਉੱਪਰ ਥੋੜ੍ਹਾ ਜਿਹਾ ਬਿਜਲੀ ਦਾ ਕੰਮ ਕਰਵਾਉਣ ਵਾਲਾ, ਉਹ ਮੈਂ ਇੰਦਰ ਨੂੰ ਕਹਿ ਕੇ ਹੁਣ ਆਪਾਂ ਕਰਵਾਉਂਦੇ ਹਾਂ, ਤਾਂ ਕਿ ਫਿਰ ਕਿਉਂਕਿ ਪਿਛਲੀ ਗਰਮੀ ਵੀ ਰਹਿ ਗਿਆ ਸੀਗਾ, ਇਸ ਗਰਮੀ ਵੀ ਅਗਰ ਰਹਿ ਹੀ ਜਾਣਾ ਫਿਰ ਅਗਰ ਬਾਰ ਬਾਰ ਇੰਦਰਜੀਤ ਦੇ ਕੰਨ ਨਾ ਖਾਧੇ, ਅਤੇ ਥੋੜ੍ਹੀ ਲਾਈਟਿੰਗ ਕਰਵਾਉਣ ਵਾਲੀ ਆ ਉਹ ਕਰਵਾਵਾਂਗੇ, ਅਤੇ ਫਿਰ ਡੇਲੀ ਸ਼ਾਮੀ ਰਾਤ ਆਪਾਂ ਛੱਤ 'ਤੇ ਆਇਆ ਕਰਾਂਗੇ ਡਿਨਰ ਕਰਨ ਤੋਂ ਬਾਅਦ। ਦੇਖੋ ਕਿੰਨਾ ਸੋਹਣਾ ਵਿਊ ਲੱਗ ਰਿਹਾ, ਅਤੇ ਉਹ ਰਿਹਾ ਚੰਦ, ਚੰਦ ਮਾਮਾ ਡੋਰੀਆ, ਔਰ ਮੌਸਮ ਵੀ ਹੁਣ ਬੈਸਟ ਹੈ ਸੈਰ ਸਪਾਟੇ ਦੇ ਲਈ, ਅਤੇ ਮਸ਼ੀਨ ਚੱਲਦੀ ਸੀ, ਮੈਂ ਕਿਹਾ ਚਲੋ ਥੋੜ੍ਹਾ ਟਾਈਮ ਉੱਪਰ ਟਹਿਲਦੇ ਹਾਂ। ਆਲੇ ਦੁਆਲੇ ਲਾਈਟਾਂ ਹੀ ਲਾਈਟਾਂ, ਬਹੁਤ ਸੋਹਣਾ ਵਿਊ ਲੱਗ ਰਿਹਾ ਉਹ ਫਲੈਟ। ਟਾਈਮ ਹੋ ਗਿਆ 9:30 ਦਾ, ਅਤੇ ਆਪਣੇ ਸਾਰੇ ਕੰਮ ਹੋ ਗਏ ਨੇ, ਅਤੇ ਆਪਾਂ ਹੋ ਗਿਆ ਫ੍ਰੀ, ਅਤੇ ਬੱਚੇ ਵੀ ਸੌਂ ਗਏ ਨੇ, ਅੱਜ ਜੋਬਨ ਨੂੰ ਮੌਜਾਂ ਲੱਗ ਗਈਆਂ, ਇੱਧਰ ਪੈਣ ਦਾ ਮੌਕਾ ਮਿਲ ਗਿਆ, ਹੈ ਨਾ ਜੋਬਨ ਹੈ। ਅਤੇ ਪਹਿਲਾਂ ਮੈਂ ਸੋਚਿਆ ਸੀ ਕਿ ਚਲੋ ਉੱਧਰ ਪੈ ਜਾਣਗੇ ਆਪਣੇ ਰੂਮ ਦੇ ਵਿੱਚ ਹੀ, ਫਿਰ ਮੈਂ ਸੋਚਿਆ ਕਿ ਇਹਦੇ 'ਚ ਤਾਂ ਕਾਫੀ ਲੇਟ ਆਉਣਗੇ ਅਤੇ ਮੈਨੂੰ ਮੋਰਨਿੰਗ ਫਿਰ ਈਜ਼ੀ ਰਹੂਗਾ ਇਹਨਾਂ ਨੂੰ ਇੱਥੇ ਬਿਠਾ ਕੇ ਸਕੂਲ ਲਈ ਰੈਡੀ ਕਰਨਾ, ਔਰ ਫਿਰ ਅਸੀਂ ਸੌਣ ਲੱਗੇ ਹਾਂ ਹੁਣ। ਇੰਦਰਜੀਤ ਹਜੇ ਰਸਤੇ ਦੇ ਵਿੱਚ ਹੀ ਨੇ, ਹਜੇ ਪਹੁੰਚੇ ਨਹੀਂ ਹੈਗੇ, ਅਤੇ ਕਿਉਂਕਿ ਉਹਨੇ ਮੈਨੂੰ ਲਾਈਵ ਲੋਕੇਸ਼ਨ ਭੇਜੀ ਹੋਈ ਹੈ, ਬਾਰ ਬਾਰ ਕਾਲ ਕਰਨੀ ਤਾਂ ਰਿਸਕੀ ਕੰਮ ਹੈ, ਕਿਉਂਕਿ ਡਰਾਈਵ ਕਰਨਾ ਹੁੰਦਾ ਫਿਰ ਰਾਤ ਨੂੰ ਤਾਂ ਨਹੀਂ ਕਰਨੀ ਚਾਹੀਦੀ ਕਾਲ, ਫਿਰ ਅਸੀਂ ਇੱਦਾਂ ਉਹ ਮੈਨੂੰ ਲਾਈਵ ਲੋਕੇਸ਼ਨ ਹੀ ਭੇਜ ਦਿੰਦੇ ਨੇ ਆਪਣੀ, ਅਤੇ ਹਜੇ ਰਸਤੇ ਦੇ ਵਿੱਚ ਹੀ ਨੇ, ਮੈਂ ਚੈੱਕ ਕਰਿਆ। ਔਰ ਸੋ ਚਲੋ ਜੀ, ਮੈਨੂੰ ਵੀ ਬਹੁਤ ਨੀਂਦ ਆ ਰਹੀ ਹੈ, ਅੱਜ ਮੈਂ ਐਕਟੀਵਾ ਚਲਾ ਚਲਾ ਕੇ ਥੱਕ ਗਈ, ਕਿਉਂਕਿ ਆਪਾਂ ਗਏ ਸੀਗੇ ਇੰਨੀ ਬਾਟ ਐਕਟੀਵਾ 'ਤੇ ਕੱਢਣੀ, ਔਰ ਮੋਰਨਿੰਗ ਧੁੰਦ ਵੀ ਬਹੁਤ ਜ਼ਿਆਦਾ ਸੀਗੀ, ਉਦੋਂ ਠੰਡ ਬਹੁਤ ਲੱਗ ਰਹੀ ਸੀ, ਅਤੇ ਮੈਨੂੰ ਤਾਂ ਕਿੰਨਾ ਟਾਈਮ ਠੰਡ ਹੀ ਨਹੀਂ ਉਤਰੀ ਹੈਗੀ, ਔਰ ਹੌਲੀ ਹੌਲੀ ਸੈੱਟ ਹੋਏ ਜਾਣੂ ਫਿਰ ਇੱਧਰ ਨੂੰ ਆਉਣ ਦਾ ਟਾਈਮ ਹੋ ਗਿਆ। ਸੋ ਚਲੋ ਜੀ, ਅੱਜ ਦੀ ਵੀਡੀਓ ਦੀ ਇੱਥੇ ਐਂਡਿੰਗ ਕਰਦੇ ਹਾਂ, ਅਤੇ
ਕੱਲ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ, ਆਪਾਂ ਰਿਲੇਟਡ ਹੋਏਗੀ ਉਹ ਕਿਸੇ ਨਾ ਕਿਸੇ ਫਰਨੀਚਰ ਆਈਟਮ ਤੇ ਟਰਾਈ ਕਰਾਂਗੇ, ਕਿਉਂਕਿ ਕਾਫੀ ਸਾਰਾ ਨਿਊ ਫਰਨੀਚਰ ਹੈ ਜਿਹੜਾ ਹੁਣ ਸਟਾਕ ਦੇ ਵਿੱਚ ਆਉਣ ਲੱਗ ਗਿਆ, ਤੇ ਕੱਲ ਆਪਾਂ ਇੱਕ ਵੀਡੀਓ ਵੀ ਅਪਲੋਡ ਜ਼ਰੂਰ ਕਰਾਂਗੇ। ਕੱਲ ਮੈਂ ਫ੍ਰੀ ਹਾਂ ਤੇ ਮੈਂ ਦੇਖਦੀ ਹਾਂ ਬਣਾਵਾਂਗੀ ਜ਼ਰੂਰ ਅਗਰ ਮੈਨੂੰ ਟਾਈਮ ਮਿਲਿਆ। ਸੋ ਜਦ ਤੱਕ ਲਈ ਹੁਣ ਇਸ ਵਲੌਗ ਨੂੰ ਇੰਜੋਏ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਫਰਨੀਚਰ ਨਾਲ ਲੇਟੈਸਟ ਆਪਾਂ ਜੋ ਵੀ ਵੀਡੀਓਜ਼ ਲੈ ਕੇ ਆਵਾਂਗੇ ਹੁਣ ਇਸ ਵੀਕ ਦੇ ਵਿੱਚ, ਮੈਂ ਟਰਾਈ ਕਰਾਂਗੀ ਆਪਣਾ ਬੈਸਟ ਦਊਂਗੀ ਕਿ ਮੈਂ ਕੁਛ ਵੀਡੀਓ ਇੱਦਾਂ ਦੀਆਂ ਬਣਾ ਸਕਾਂ ਫਰਨੀਚਰ ਨਾਲ ਰਿਲੇਟਡ, ਅਤੇ ਫਿਰ ਤੁਸੀਂ ਉਹ ਸਾਰੀਆਂ ਦੇਖ ਸਕੋ ਅਤੇ ਜਿਨ੍ਹਾਂ ਨੇ ਫਰਨੀਚਰ ਬਾਏ ਕਰਨਾ ਆਪਣੇ ਘਰ ਦੇ ਲਈ ਅਤੇ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ। ਸੋ ਇਸ ਲਈ ਜੀ ਆਪਣੇ ਘਰ ਲਈ ਸੋਹਣਾ ਸੋਹਣਾ ਫਰਨੀਚਰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ, ਗੁੱਡ ਨਾਈਟ।